ਆਗਾਮੀ ਨਗਰ ਨਿਗਮ ਅਤੇ ਨਗਰ ਪੰਚਾਇਤ ਚੋਣਾਂ ਤੋਂ ਪਹਿਲਾਂ ਕਾਂਗਰਸੀਆਂ ਤੇ ਧਾਂਦਲੀਆਂ ਅਤੇ ਧੱਕੇਸ਼ਾਹੀਆਂ ਦੇ ਆਰੋਪ ਲਗਾਉਂਦੇ ਹੋਏ ਪੰਜਾਬ ਭਰ ਵਿੱਚ ਸ਼੍ਰੋਮਣੀ ਅਕਾਲੀ ਦਲ ਦੁਆਰਾ ਧਰਨੇ ਦੇ ਸਿਲਸਿਲੇ 'ਚ ਜ਼ਿਲ੍ਹਾ ਸੰਗਰੂਰ ਦੇ ਵੱਖ-ਵੱਖ ਸਥਾਨਾਂ ਤੇ ਅਕਾਲੀ ਦਲ ਨੇਤਾਵਾਂ ਅਤੇ ਵਰਕਰਾਂ ਦੁਆਰਾ ਸ਼ੁੱਕਰਵਾਰ ਨੂੰ ਸੜਕਾਂ ਤੇ ਜਾਮ ਲਗਾਏ ਗਏ। ਲਹਿਰਾ ਗਾਗਾ 'ਚ ਵੀ ਸੁਨਾਮ ਜਾਖਲ ਮੁੱਖ ਮਾਰਗ ਤੇ ਅਕਾਲੀ ਵਰਕਰਾਂ ਨੇ ਪੰਜਾਬ ਦੇ ਪਹਿਲੇ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੇ ਨੇਤਰਤਵ 'ਚ ਚੱਕਾ ਜਾਮ ਕੀਤਾ ਅਤੇ ਚੋਣਾਂ ਨੂੰ ਰੱਦ ਕਰ ਫੇਰ ਤੋਂ ਪ੍ਰਕਿਰਿਆ ਸ਼ੁਰੂ ਕਰਨ ਦੀ ਮੰਗ ਕੀਤੀ। ਦੇਖੋ, ਜੋ ਕਾਂਗਰਸ ਸਰਕਾਰ ਦੀਆਂ ਦੋ ਚਾਨਾਸ਼ਾਹੀ ਨੀਤੀਆਂ ਨੇ, ਜਿਸ ਤਰੀਕੇ ਨਾਲ ਉਹ ਧੱਕਾ ਕਰ ਰਹੇ ਨੇ, ਉਹਦੇ ਖਿਲਾਫ਼ ਇਹ ਸਾਰੇ ਧਰਨੇ ਲਾਏ ਨੇ। ਪਿੱਛੇ ਜਿਹੜੀਆਂ ਨਗਰ ਪੰਚਾਇਤਾਂ ਦੀਆਂ ਅਤੇ ਮਿਊਂਸੀਪਲ ਕਾਰਪੋਰੇਸ਼ਨ ਦੀਆਂ ਚੋਣਾਂ ਨੇ, ਉਹਦੇ 'ਚ ਝੂਠੇ ਪਰਚੇ ਦਰਜ ਕਰਾਏ ਨੇ ਸਾਡੇ ਉਮੀਦਵਾਰਾਂ ਨੂੰ ਡਰਾਉਣ ਵਾਸਤੇ, ਅਤੇ ਉਸ ਤੋਂ ਇਲਾਵਾ ਉਹਨਾਂ ਨੂੰ ਕਾਗਜ਼ ਦਾਖਲ ਨਹੀਂ ਕਰਨ ਦਿੱਤੇ ਗਏ, ਅਤੇ ਕਈ ਥਾਂ 'ਤੇ ਸਾਡੇ ਲੀਡਰਾਂ 'ਤੇ ਹਮਲਾ ਵੀ ਕੀਤੇ, ਉਹਨਾਂ ਦੇ ਸੱਟਾਂ ਵੀ ਮਾਰੀਆਂ। ਉਹਦੇ ਖਿਲਾਫ਼ ਜਿਹੜਾ ਹੈ, ਅਸੀਂ ਇਹ ਸਾਰੇ ਧਰਨੇ ਦੇ ਰਹੇ ਹਾਂ ਤਾਂ ਕਿ ਇਹ ਜਿਹੜੀ ਗੂੰਗੀ ਬੋਲੀ ਸਰਕਾਰ ਹੈ ਉਹਦੇ ਕੰਨਾਂ ਤੱਕ ਲੋਕਾਂ ਦੀ ਆਵਾਜ਼ ਪਹੁੰਚ ਸਕੇ। ਲਹਿਰਾ ਗਾਗਾ ਤੋਂ ਅਨਿਲ ਜੈਨ ਦੀ ਰਿਪੋਰਟ, ਚੈਨਲ 2।